हेलो गाइस, वेलकम टू डीडी एकेडमी। अपनी जो सीडीपी दी एमसीक्यूज दी सीरीज चल रही है जी, उस कंटिन्यू करांगे। देखते हैं अपना सीडीपी दे अज कुछ होर एमसीक्यूज, चलो देखते हैं फिर। ठीक है जी, जो सब तो पहला क्वेश्चन तुहाडे कोल हैगा है, द कोट चाइल्ड इज़ द फादर ऑफ द मैन रिफ्लैक्ट्स द एम्फेसिस ऑफ विच ऑफ द फॉलोविंग। कोट है जी एक, चाइल्ड इज़ द फादर ऑफ अ मैन। ठीक है, बच्चा आदमी का पिता होंदा है, ਤਾਂ ਇਹਦੀ ਜਿਹੀ ਜੋ ਧਾਰਨਾ ਹੈ ਜੀ, ਇਸ ਚੀਜ਼ ਦੇ ਉੱਪਰ ਵਧੇਰੇ ਜ਼ੋਰ ਕਿਹਨਾਂ ਨੇ ਦਿੱਤਾ ਹੈ ਇਹ ਪਤਾ ਕਰਨ ਨੂੰ ਕਿਹਾ ਹੋਇਆ ਆਪਾਂ ਨੂੰ। ਠੀਕ ਹੈ, ਅਤੇ ਤੁਹਾਡੇ ਕੋਲ ਹੈਗੀਆਂ ਨੇ ਆਪਸ਼ਨਸ ਨੇ ਜੀ, ਕਾਰਲ ਜੰਗ, ਠੀਕ ਹੈ, ਇਸ ਤੋਂ ਬਾਅਦ ਆ ਗਿਆ ਸਿਗਮੰਡ ਫ੍ਰੀਊਡ, ਜਾਂ ਫਿਰ ਆਈਸਨੈਕ, ਜਾਂ ਫਿਰ ਜੀ ਡਬਲਿਊ ਐਲਪਰਟ। ਠੀਕ ਹੈ, ਤਾਂ ਕਿਹਨਾਂ ਨੇ ਇਸ ਚੀਜ਼ ਦੇ ਉੱਪਰ ਵਧੇਰੇ ਜ਼ੋਰ ਦਿੱਤਾ ਵੀ ਜੋ ਬੱਚਾ ਹੁੰਦਾ ਜੇ ਉਹ ਆਦਮੀ ਦਾ ਪਿਤਾ ਹੁੰਦਾ ਹੈ, ਤਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਹੈਗਾ ਤੁਹਾਡਾ ਆਪਸ਼ਨ ਨੰਬਰ ਬੀ, ਇਸ ਦਾ ਬਿਲਕੁਲ ਸਹੀ ਉੱਤਰ ਸਿਗਮੰਡ ਫ੍ਰੀਊਡ। ਸਿਗਮੰਡ ਫ੍ਰੀਊਡ ਨੇ ਇਸ ਚੀਜ਼ ਦੇ ਉੱਪਰ ਵਧੇਰੇ ਜ਼ੋਰ ਦਿੱਤਾ ਹੈ। ਠੀਕ ਹੈ ਜੀ, ਚਲੋ ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਵੱਲ। ਅਤੇ ਅਗਲਾ ਪ੍ਰਸ਼ਨ ਹੈਗਾ ਜੀ ਆਪਣਾ, ਹੂ ਇਜ਼ ਦੀ ਔਥਰ ਆਫ ਦ ਬੁੱਕ ਮਾਇੰਡ ਇਨ ਸੋਸਾਇਟੀ। ਜੋ ਮਾਇੰਡ ਇਨ ਸੋਸਾਇਟੀ ਕਿਤਾਬ ਹੈ ਜੀ, ਉਸਦੇ ਜੋ ਨੇ ਔਥਰ ਕੌਣ ਨੇ, ਉਸਦੇ ਜੋ ਲੇਖਕ ਨੇ ਉਹ ਕੌਣ ਨੇ, ਕੀ ਪਿਆਜੇ ਇਸਦੇ ਜੋ ਨੇ ਜੀ, ਪਿਆਜੇ ਇਸਦੇ ਜਿਹੜੇ ਲੇਖਕ ਨੇਗੇ, ਜਾਂ ਫਿਰ ਕੋਲਬਰਗ, ਜਾਂ ਫਿਰ ਵਾਈਗੋਸਟੀ, ਜਾਂ ਫਿਰ ਬੰਡੂਰਾ। ਚਲੋ ਕੋਈ ਗੱਲ ਨਹੀਂ, ਆਨਸਰ ਆਲਰੇਡੀ ਗਿਵਨ ਹੈ ਆਪਣਾ, ਆਪਸ਼ਨ ਨੰਬਰ ਸੀ ਵਾਈਗੋਸਟੀ ਤੁਹਾਡਾ ਇਸਦਾ ਬਿਲਕੁਲ ਸਹੀ ਉੱਤਰ ਹੈ। ਵਾਈਗੋਸਟੀ ਨੇ ਜਿਹੜੇ ਮਾਇੰਡ ਇਨ ਸੋਸਾਇਟੀ ਕਿਤਾਬ ਦੇ ਜਨਕ ਨੇ, ਲੇਖਕ ਨੇ। ਠੀਕ ਹੈ ਜੀ, ਚਲੋ ਇਸ ਤੋਂ ਬਾਅਦ ਆ ਗਿਆ ਆਪਣਾ ਨੈਕਸਟ ਕੁਸ਼ਚਨ। ਅਤੇ ਅਗਲਾ ਕੁਸ਼ਚਨ ਹੈਗਾ ਜੀ, ਹੂ ਰੋਟ ਦ ਬੁੱਕ ਦ ਮੋਰਲ ਜਜਮੈਂਟ ਆਫ ਦ ਚਾਈਲਡ। ਠੀਕ ਹੈ, ਜੋ ਮੋਰਲ ਜਜਮੈਂਟ ਆਫ ਦ ਚਾਈਲਡ ਕਿਤਾਬ ਹੈ ਜੀ, ਉਹ ਕਿਹਨਾਂ ਦੀ ਲਿਖੀ ਹੋਈ ਹੈ, ਕਿ ਉਹ ਜੀਨ ਪਿਆਜੇ ਦੀ ਲਿਖੀ ਹੋਈ ਹੈ, ਜਾਂ ਫਿਰ ਲਾਰੈਂਸ ਕੋਲਬਰਗ ਦੀ ਲਿਖੀ ਹੋਈ ਹੈ, ਐਰਿਕਸਨ ਦੀ, ਜਾਂ ਫਿਰ ਤੁਹਾਡੀ ਹਾਫ ਮੈਨ ਦੀ ਲਿਖੀ ਹੋਈ ਹੈ, ਤਾਂ ਕਿਹਨਾਂ ਦੁਆਰਾ ਲਿਖੀ ਗਈ ਹੈ, ਮੋਰਲ ਜਜਮੈਂਟ ਆਫ ਦੀ ਚਾਈਲਡ। ਠੀਕ ਹੈ, ਤਾਂ ਫਿਰ ਧਿਆਨ ਦੇ ਵਿੱਚ ਰੱਖਣਾ ਇੰਪੋਰਟੈਂਟ ਕਿਤਾਬ ਹੈ। ਠੀਕ ਹੈ, ਸਲਿਊਸ਼ਨ ਇਸ ਦਾ ਹੈਗਾ ਆਪਸ਼ਨ ਨੰਬਰ ਏ, ਜੀਨ ਪਿਆਜੇ ਦੁਆਰਾ ਜਿਹੜੀ ਹੈਗੀ ਹੈ ਇਹ ਕਿਤਾਬ ਲਿਖੀ ਗਈ ਹੈ ਜੀ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਤੁਹਾਡਾ ਨੈਕਸਟ ਕੁਸ਼ਚਨ। ਅਗਲਾ ਕੁਸ਼ਚਨ ਹੈਗਾ ਜੀ ਆਪਣਾ, ਇੰਟੈਲੀਜੈਂਸ ਇਜ਼ ਯੂਜ਼ਲੀ ਡਿਫਾਈਨਡ ਬਾਈ ਯੂਜ਼ਿੰਗ ਅ ਡੈਸ਼ ਡੈਫੀਨੇਸ਼ਨ। ਠੀਕ ਹੈ, ਅਗਰ ਬੁੱਧੀ ਨੂੰ ਆਪਾਂ ਆਮ ਤੌਰ ਦੇ ਉੱਪਰ ਪਰਿਭਾਸ਼ਿਤ ਕਰਨਾ ਚਾਹੀਏ, ਤਾਂ ਉਹਦੀ ਆਮ ਤੌਰ ਦੇ ਉੱਪਰ ਪਰਿਭਾਸ਼ਾ ਕੀ ਹੋਏਗੀ ਬੁੱਧੀ ਦੀ? ਠੀਕ ਹੈ, ਕੀ ਸਬਜੈਕਟਿਵ ਹੈ, ਵਿਅਕਤੀਗਤ ਹੈ ਜੀ ਇਹ, ਓਪਰੇਸ਼ਨਲ ਹੈ, ਜਾਂ ਫਿਰ ਮੈਥਮੈਟੀਕਲ ਹੈ, ਜਾਂ ਫਿਰ ਤੁਹਾਡੀ ਸਾਈਕੋਲੋਜੀਕਲ ਹੈ? ਹੁਣ ਇੰਟਲੈਕਚੁਅਲ ਦੀ ਗੱਲ ਕੀਤੀ ਜਾ ਰਹੀ ਹੈ, ਬੁੱਧੀ ਦੀ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਤਾਂ ਫਿਰ ਆਮ ਬੋਲਚਾਲ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਬੁੱਧੀ ਦਾ ਅਰਥ ਕੀ ਕਿਹਾ ਜਾਂਦਾ, ਜਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਪਰਿਭਾਸ਼ਿਤ ਕੀਤਾ ਜਾਂਦਾ, ਤਾਂ ਕੀਤਾ ਜਾਂਦਾ ਓਪਰੇਸ਼ਨਲ। ਠੀਕ ਹੈ, ਆਪਾਂ ਅਗਰ ਸਹੀ ਢੰਗ ਦੇ ਨਾਲ ਕੀ ਕਿਰਿਆਵਾਂ ਹੋ ਰਹੀਆਂ ਨੇ, ਠੀਕ ਹੈ, ਮਤਲਬ ਬੁੱਧੀ ਜਿਹੜੀ ਹੈਗੀ ਆ ਕੰਮ ਕਰ ਰਹੀ ਹੈ ਜੀ। ਠੀਕ ਹੈ, ਓਪਰੇਸ਼ਨਲ, ਤਾਂ ਇਹਦਾ ਉੱਤਰ ਆ ਜੀ ਤੁਹਾਡਾ ਆਪਸ਼ਨ ਨੰਬਰ ਬੀ। ਇਸ ਤੋਂ ਬਾਅਦ ਆ ਗਿਆ ਜੀ ਆਪਣਾ ਨੈਕਸਟ ਪ੍ਰਸ਼ਨ। ਅਤੇ ਅਗਲਾ ਪ੍ਰਸ਼ਨ ਹੈਗਾ ਤੁਹਾਡਾ, ਵਿਲੀਅਮ ਵੁੰਟ ਇਸਟੈਬਲਿਸ਼ ਦ ਫਸਟ ਸਾਈਕੋਲੋਜੀਕਲ ਲੈਬੋਰਟਰੀ ਇਨ ਵਿੱਚ ਯੂਨੀਵਰਸਿਟੀ। ਵਿਲੀਅਮ ਵੁੰਟ ਨੇ ਜੋ ਪਹਿਲੀ ਸਾਈਕੋਲੋਜੀਕਲ ਜੋ ਲੈਬੋਰਟਰੀ ਹੈ ਜੀ ਇਸਟੈਬਲਿਸ਼ ਕੀਤੀ ਸੀਗੀ, ਉਹ ਕਿੱਥੇ ਕੀਤੀ ਸੀਗੀ? ਕਿ ਕੈਲੀਫੋਰਨੀਆ ਦੇ ਵਿੱਚ ਕੀਤੀ ਸੀ, ਜਾਂ ਮਿਸੀਗਨ ਦੇ ਵਿੱਚ ਕੀਤੀ ਸੀ, ਜਾਂ ਲਿਪਜ਼ਿੰਗ ਦੇ ਵਿੱਚ ਕੀਤੀ ਸੀ, ਜਾਂ ਫਿਰ ਹਾਰਵਰਡ ਦੇ ਵਿੱਚ ਕੀਤੀ ਸੀ? ਤਾਂ ਇਸਦਾ ਸਹੀ ਉੱਤਰ ਕੀ ਹੈ ਜੀ? ਇਸਦਾ ਸਹੀ ਉੱਤਰ ਹੈਗਾ ਤੁਹਾਡਾ ਆਪਸ਼ਨ ਨੰਬਰ ਸੀ, ਲਿਪਜ਼ਿੰਗ। ਲਿਪਜ਼ਿੰਗ ਦੇ ਵਿੱਚ ਕੀ ਸੀਗੀ? ਜੋ ਹਾਰਵਰਡ ਗਾਰਡਨਰ, ਸੋਰੀ ਨੋਟ ਹਾਰਵਰਡ ਗਾਰਡਨਰ, ਵਿਲੀਅਮ ਵੁੰਟ ਦੁਆਰਾ ਜਿਹੜੀ ਹੈਗੀ ਹੈ ਸਾਈਕੋਲੋਜੀ ਦੀ ਪਹਿਲੀ ਲੈਬ ਜਿਹੜੀ ਹੈਗੀ ਹੈ ਇਸਟੈਬਲਿਸ਼ ਕੀਤੀ ਗਈ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਵੱਲ। ਅਤੇ ਅਗਲਾ ਪ੍ਰਸ਼ਨ ਆਪਾਂ ਨੂੰ ਕੀ ਕਹਿ ਰਿਹਾ ਹੈ? ਅਗਲਾ ਪ੍ਰਸ਼ਨ ਹੈਗਾ, ਅ ਪੀਰੀਅਡ ਡਿਊਰਿੰਗ ਵਿੱਚ ਲਿਟਲ ਕੌਨਸ਼ੀਅਸ ਥੋਟ ਇਜ਼ ਅਪਲਾਈਡ ਟੂ ਅ ਪ੍ਰੋਬਲਮ ਮੇ ਬੀ ਪੀਰੀਅਡ ਆਫ। ਠੀਕ ਹੈ, ਇੱਕ ਅਵਧੀ ਜਿਸ ਵਿੱਚ, ਜਿਸ ਦੌਰਾਨ ਕਿ ਇੱਕ ਸਮੱਸਿਆ ਲਈ ਥੋੜ੍ਹਾ ਜਿਹਾ ਚੇਤਨ ਵਿਚਾਰ ਲਾਗੂ ਕੀਤਾ ਜਾਂਦਾ, ਉਹ ਅਵਧੀ ਕੀ ਕਹਾਉਂਦੀ ਹੈ? ਇੱਕ ਛੋਟਾ ਜਿਹਾ ਟਾਈਮ ਪੀਰੀਅਡ, ਇੱਕ ਅਜਿਹਾ ਟਾਈਮ ਪੀਰੀਅਡ ਜਦੋਂ ਆਪਾਂ ਕਿ ਆਪਣੀ ਲਿਟਲ ਕੌਨਸ਼ੀਅਸਨੈਸ, ਯਾਨੀ ਕਿ ਛੋਟੀ ਜਿਹੀ ਚੇਤਨਾ, ਥੋੜ੍ਹੀ ਚੇਤਨਾ ਦੀ ਵਰਤੋਂ ਕਰਕੇ ਕਿ ਇਸ ਸਮੱਸਿਆ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਸ ਨੂੰ ਕੀ ਕਿਹਾ ਜਾਂਦਾ? ਕਿਸ ਨੂੰ ਪ੍ਰੈਪਰੇਸ਼ਨ ਬੋਲਦੇ ਹਾਂ, ਜਾਂ ਫਿਰ ਤੁਹਾਡਾ ਇਕਿਊਬੇਸ਼ਨ, ਭਾਵ ਕਿ ਪ੍ਰਫੁੱਲਨ, ਜਾਂ ਫਿਰ ਤੁਹਾਡਾ ਇਲੂਮੀਨੇਸ਼ਨ, ਰੋਸ਼ਨੀ, ਜਾਂ ਫਿਰ ਵੈਰੀਫਿਕੇਸ਼ਨ, ਠੀਕ ਹੈ, ਪੁਸ਼ਟੀਕਰਨ, ਤਾਂ ਕੀ ਹੋਊਗਾ ਤੁਹਾਡਾ? ਇਸਦਾ ਸਹੀ ਉੱਤਰ ਹੈਗਾ ਆਪਸ਼ਨ ਨੰਬਰ ਬੀ, ਇਨਕਿਊਬੇਸ਼ਨ। ਠੀਕ ਹੈ, ਥੋੜ੍ਹੀ ਜਿਹੀ ਜਦੋਂ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਆਪਣੀ ਚੇਤਨਾ ਦੇ ਪ੍ਰਯੋਗ ਦੇ ਨਾਲ ਕਿ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਆਪਣੇ ਆਪ ਨੂੰ ਪ੍ਰਫੁੱਲਿਤ ਕਰਦੇ ਹਾਂ, ਤਾਂ ਉਹਨੂੰ ਬੋਲਿਆ ਜਾਂਦਾ ਤੁਹਾਡਾ ਇਨਕਿਊਬੇਸ਼ਨ। ਠੀਕ ਹੈ ਜੀ, ਉੱਤਰ ਨੰਬਰ ਬੀ ਇਸ ਦਾ ਬਿਲਕੁਲ ਸਹੀ ਆ ਗਿਆ। ਚਲੋ ਇਸ ਤੋਂ ਬਾਅਦ ਆ ਜਾਂਦਾ ਆਪਣਾ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਕਹਿ ਰਿਹਾ ਤੁਹਾਡਾ, ਵਿਚ ਆਫ ਦ ਫੋਲੋਵਿੰਗ ਆਸਪੈਕਟ ਵਾਜ਼ ਨੋਟ ਸਟ੍ਰੈਸਡ ਬਾਏ ਗੈਸਟਾਲਟ ਸਾਈਕੋਲੋਜੀ।
जो गेस्टाल्ट साइकोलॉजी है उन्होंने अनुसार किड़ी चीज़ के उपर जोड़ा है गा जोर नहीं दिता गया होल कि होल के उपर जोड़ा है जोर नहीं दिता गया गेस्टाल्ट द्वारा ठीक है या फिर इस बाद आ गया थोड़ा कन्फिग्रेशन ठीक है संरचना के उपर फील्ड ऑफ ऑपरेशन ठीक है या फिर थोड़ा कॉन्शियस एक्सपीरियंस तो कि चीज़ के उपर जोड़ा है गेस्टाल्ट द्वारा जोर नहीं दिता गया तो इसका सही उत्तर हैगा थोड़ा ऑप्शन नंबर डी कॉन्शियस एक्सपीरियंस के उपर ठीक है जो है गेस्टाल्ट का नहीं ज़्यादा ये उपर कि जोर नहीं दिता बाकी होल ठीक है इन्होंने बाकी सारी चीज़ों के उपर जोड़ा है उन्होंने काफ़ी काम किया जी ठीक है ऑप्शन नंबर डी आ गया इसका थोड़ा बिल्कुल सही उत्तर इससे बाद आ जाता है नेक्स्ट क्वेश्चन है इफ जीन पियाजे वॉज ग्रेडिंग एन एग्जामिनेशन यू अटैम्प्टड ही वुड बी मोस्ट इंटरस्टड इन जे जीन पियाजे थोड़े द्वारा कोशिश की गई प्रीख्या को ग्रेड कर रहा है तो वह इस विच सब तो वध दिलचस्पी किस चीज़ के उपर रखता है ये चीज़ थोड़ा है थोड़े तो पूछा जा रहा है भी अगर जीन पियाजे देखिए अपना वह थोड़ा एग्जामाइन कर रहा वो थानू जो है थोड़ी जी है प्रीख्या लै रहा तो किस चीज़ के उपर वधेरे जोर दे रहा दूगा या किस चीज़ के वधेरे दिलचस्पी लूगा ये चीज़ पूछी गई है ठीक है वैदर यू हैव रिटन यूर आंसर करैक्टली कि तुम अपने जवाब सही ढंग के नाल लिखे कि जीन पियाजे इस चीज़ के उपर जोर देगा या ज़्यादा ध्यान देगा वट यूर ओपीनियन अबाउट एग्जामीनेशन इज़ प्रीख्या बारे थोड़ी की राय है इस चीज़ के उपर या हाउ यू ड्राइव यूर आंसर तुम अपने जवाब न कि लैके गए हो कि अपने प्रश्न का उत्तर दिता इस चीज़ के उपर या वैदर यू स्टडीड वैल बिफोर एग्जामीनेशन कि तुम प्रीख्या तो पहला चंकी तरह पढ़े हो ठीक है ध्यान किया अध्ययन किया किसी चीज़ का इस चीज़ के उपर जोर दूगा ठीक है तो जीन प्याजे जोड़ा है कंस्ट्रक्टिविज्म है जी तो फिर वो कंस्ट्रक्शन के उपर जोर दूगा भी अगर वो एग्जामीनेशन हॉल के है एग्जाम लै रहा है ना तो फिर वो देखूगा भी उन्हें जो एग्जाम लै रहा थोड़ा तुम उसका जोड़ा है जो क्वेश्चन है उन्होंने किदा टैकल कर रहे हो तो वो टैकल जोड़ा है तुम उन्होंने आंसर किदा कर रहे होता कि जी है इंटलैक्चुअल जो कोगनेटिव डिवेलपमेंट कि हो चुकी है उस चीज़ का आइडिया लग सके पता लग सके ठीक है तो फिर इतने सही उत्तर थोड़ा होप्स तो क्लीयर हो गया होगा भी कि तो फिर जीन पियाजे देंगे भी किदा तुम जोड़ा है जी अपने प्रश्न का जो उत्तर है किधर नू लेके गए हो किसी तुसे किवें तुसी उस प्रश्न का जवाब दे रहे हो इस चीज़ के उपर नू जानने विच इंटरस्टड होंगे जीन पियाजे तो ऑप्शन नंबर सी आ गया थोड़ा इसका बिल्कुल सही उत्तर जी ठीक है इससे बाद चलते हैं आप अगले प्रश्न वाल तो अगला प्रश्न हैगा थोड़ा द अपर पार्ट ऑफ द बॉडी डिवेलप अर्लीयर दैन द लोअर पार्ट ठीक है बॉडी का जो शरीर का उपरला भाग है जी शरीर का उपरला भाग पहला विकसित होना शुरू हो जाता है नीचे वाला कंट्रोल जोड़ा है बाद बनता है ठीक है तो इस चीज़ को की बोलते हैं किसी प्रोक्सीमोडिस्टल बोलते हैं या सफेलोकोडल बोलते हैं या फिर जनरल टू स्पैसीफिक या फिर थोड़ा कोर्टिकोडिस्टल बोलते हैं ठीक है जी तो की चीज़ बोलते हैं हूँ जोड़ा है अपना विकास है जी उस सिर तो लैके पैरों वाल जाता है तो इस बोलते हैं सिर ससा सिर तो सफेलोकोडल इस चीज़ में तुम्हें याद रखना है जी ठीक है तो सिर तो पैरों वाल जो विकास जाता उन्होंने बोलते आप सफेलोकोडल पहला अपर पोर्ट अपना जो पार्ट है उसका डिवेलप होगा फिर हौली हौली जाता हुआ जोड़ा है जोड़ा है थोड़ा कंट्रोल वो नीचे वाले लत्त वाले जाना शुरू हो जाएगा ठीक है जी तो ऑप्शन नंबर बी इसका बिल्कुल सही उत्तर इसके बाद आ गया थोड़ा नैक्सट विच ऑफ द फॉलोइंग नेम्स कॉम्बीनेशन कंटेन्स टू गेस्टाल्ट साइकोलॉजिस्ट इन्हों चो किहड़े ने जिहड़े तुहाडे गेस्टाल्ट साइकोलॉजिस्ट दे नाल संबंधित ने ठीक है उन्होंने नाम जो गेस्टाल्ट साइकोलॉजी है तुहाडी इसकी स्कूल ऑफ साइकोलॉजी उहदे नाल किहड़े किहड़े जो परसनैलिटीज़ ने जो साइकोलॉजिस्ट ने जो संबंधित ने वो आपां दसणा जी ठीक है ऑप्शन नंबर ए हैगा तुहाडा कोफका वंट वॉटसन ते पोलर ठीक है ऑप्शन नंबर बी वर्दमर वॉटसन जेम्स कोहन ठीक है उसके बाद आ जाता जी थोड़ा सी कोब कोबलर ओके कोबलर हो गया ठीक है कोहन हो गया तो थोड़ा वुंट कैलमैन हो गया इसके बाद वॉटसन कैलमैन कोफका वुंट तो किहड़े ने ये साइकोलॉजिस्ट जिहड़े स्कूल जिहड़ी हैगे तुहाडी गेस्टाल्ट स्कूल ऑफ साइकोलॉजी नूं बिलोंग करदे आ तो वो हैगे तुहाडे आ तीन चार जने जी ठीक है कोफका हो गया वुंट हो गया वॉटसन हो गया कोलर हो गया इन्हों विचों वर्दीमर भी जेकर इतने हुंदा तो वर्दीमर भी इन्हां दे विच ही शामिल है इस चीज़ का भी ध्यान रखियो ठीक है जी तो कोफका वुंट वॉटसन कोलर एंड वर्दीमर ठीक है ये जिहड़ा हैगा गेस्टाल्ट साइकोलॉजी दे नाल ही संबंधित ने ठीक है जी चलो इसके बाद आ गया अपना नैक्सट प्रश्न अगला प्रश्न हैगा द टर्म
इंट्रा इंडिविजुअल डिफरेंसेस मीन्स, उन्हें इंट्रा इंडिविजुअल डिफरेंसेस का की मतलब है, यानी कि अंतर व्यक्तिगत अंतर, ठीक है, इन्हों की क्या जानता है। ऑप्शन है ने डिफरेंसेस अमंग वेरियस ट्रेड्स इन गिवन इंडिविजुअल, दिखते गए व्यक्ति विच वक वक गुणा विच अंतर, ठीक है, डिफरेंसेस इन गिवन ट्रेड्स बिटवीन टू और मोर इंडिविजुअल, दो या दो तो ज़्यादा दे विच गुणा का जिहड़ा हैगा जी अंतर हो गया, डिफरेंसेस इन अ गिवन ट्रेड इन अ गिवन इंडिविजुअल एसोसीएटड विद द पैसेज ऑफ टाइम, समय के बीतन के नाल जुड़े हुए किसी व्यक्ति विच दिते हुए गुण विच अंतर, या फिर तुहाडा डिफरेंसेस इन अ गिवन ट्रेड्स इन अ गिवन इंडिविजुअल एसोसीएटड विद एरर ऑफ द मेजरमेंट, ठीक है, माप दियाँ गलतियां नाल जुड़े किसी व्यक्ति विच दिते गए गुणा विच अंतर। तो ऑप्शन इहदा अपन आंसर ऑलरेडी गिवन है, ठीक है, चलो उत्तर इहदे अगर आप एक्सप्लेन करिए तो इंट्रा इंडिविजुअल डिफरेंसिस का मतलब की हुंदा जी, खुद के विच ही जदों की है तुहाडे खुद के गुणा के विच एक एंटिटी के विच एक व्यक्ति के विच उसे वक वक गुणा देखिए तो अपन उन्होंने देखिए भी उन्होंने इस गुणा के विच की अंतर है, ठीक है। हुण एक व्यक्ति के विच कई प्रकार के गुण होंगे ने जिहड़े उस जो है परसनैलिटी की करते हैं जी डिफाइन करते हैं, ठीक है। तो एक व्यक्ति के जो आप वक वक गुणा के विच अंतर देखते हैं है ना, तो उसको बोलिया जाता तुहाडा इंट्रा इंडिविजुअल डिफरेंसिस। तो यह आंसर आऊगा तुहाडा ऑप्शन नंबर ए, डिफरेंसिस among various traits in a given individual, दिते एक व्यक्ति दे विच वक वक गुणा दे विच अंतर, ठीक है, एक व्यक्ति दे विच कई प्रकार दे गुण होंदे नेगे, ठीक है, तो वह गुणा दे विच जिहड़ा अंतर होगा जेकर आप उन्होंने आपस दे विच देखिए तो उन्होंने विच जो अंतर होगा उन्होंने बोलांगे आप इंट्रा इंडिविजुअल डिफरेंसिस, ठीक है जी। चल इससे बाद चलते आप अगले प्रश्न वाल। नैक्सट आ गया थोड़ा अल्टीमेटली द इफेक्टिवनैस ऑफ अ स्कूल प्रोग्राम एज इट अफेक्ट्स अ चाइल्ड डिपेंड्स अपॉन, ठीक है, स्कूल प्रोग्राम का जोड़ा है प्रभावशाली, अगर कोई स्कूल प्रोग्राम है वह प्रभावशाली है, ठीक है, जिमें कि एक बच्चे यह एक बच्चे प्रभावित करती है तो किस चीज़ के उपर निर्भर करती है। हम स्कूल के होने वाली जो एक्टिविटीज़ ने जो प्रोग्राम्स है चाहे वो स्टडी है चाहे कोई प्रोग्राम है कुछ भी है, ठीक है, एनीथिंग, तो किस चीज़ के उपर निर्भर करती है, किस चीज़ के उपर निर्भर करती है देखते हैं जी। आप ऑप्शन की कह रही ने द इफेक्टिवनैस ऑफ चैकिंग एंड सुपरविजन, जांच और निगरानी की प्रभावशीलता के उपर, कोऑपरेशन एंड पार्टीसिपेशन ऑफ द कम्यूनिटी, भाईचारे का सहयोग और भागीदारी, या थोड़ा कंपीटेंस ऑफ द टीचर अध्यापक की योग्यता, या फिर डी सस्टेनेबिलिटी ऑफ द करिकुलम, पाठ्यक्रम की अनुकूलता। तो एक स्कूल के जो प्रोग्राम्स है जो भी चल रहे चाहे वह स्टडी ना रिलेटेड है चाहे जिदा के भी है, ठीक है, वो सारे सक्सैसफुल होंगे ने प्रभावशाली होंगे, तो कारण की होंगे वह, ठीक है, तो वह सब तो व्डा जोड़ा कारण होंगे जी टीचर, ठीक है, टीचर की योग्यता ही जो प्रोग्राम्स ने कुछ भी तुसी स्कूल दे विच कर रहे हो चाहे स्टडी हो रही है या कुछ भी हो रहा है वह डिपेंड करूगा टीचर की एबिलिटीज़ के उपर। अगर टीचर गुड क्वालिटी देनेगी, ठीक है, तो जी है एजुकेशन है, ठीक है, जो भी चीज़ा ने वह सारिया स्कूल दे विच प्रभावशाली ही होनगियां, ठीक है जी। तो इसका उत्तर क्या गया तुहाडा ऑप्शन नंबर सी, ठीक है, अध्यापक की योग्यता ते निर्भर करता जी काफ़ी चीज़ा। चलो नैक्सट आ गया द टू साइंसिज विच हैव लार्जली डोमीनेटड एजुकेशन आर, दो विज्ञान जिन्हों ने सिक्ख्या के व्डे पद्धर से दबदबा बनाया है, तो किड़े दो विज्ञान ने वो दसना जी अपने, एक तो साइकोलॉजी एंड सोशियोलॉजी, मनोविज्ञान और समाज शास्त्र, बायोलॉजी एंड साइकोलॉजी, जीव विज्ञान और मनोविज्ञान, एंड सी साइकोलॉजी एंड थोड़ा एंथ्रोपोलॉजी, ठीक है, मनोविज्ञान के मानव विज्ञान, नैक्सट है बायोलॉजी एंड सोशियोलॉजी, जीव विज्ञान के समाज शास्त्र। तो कि चीज़ है जी जी कि दो साइंसिस ने जिन्होंने दबदबा किया होगा कि उपर एजुकेशन के उपर, मतलब कि जेडे कि एजुकेशन प्रभावित भी करते हैं, ठीक है। तो फिर सही उत्तर चलो ऑप्शन नंबर बी, बायोलॉजी एंड साइकोलॉजी। तो यह दो साइंसिस ने जिन्हों का एजुकेशन के उपर काफ़ी प्रभाव पैदा है, ठीक है, काफ़ी दबदबा है जी। चलो तो नैक्सट आ गया थोड़ा विच ऑफ द फॉलोइंग इज नॉट अ फैक्टर इन्फ्लुएंसिंग ग्रुप ऑर्गनाइजेशन, तो इन्हों के जोड़ा है समूह संगठन को प्रभावित करने वाला कारक नहीं है। समूह संगठन मतलब कि समूह क्रिएट करना एक ग्रुप बनाना है ना, तो फिर वो कि एक प्रभावशाली कारक नहीं होगा वह दसना है। डिजायर फॉर सिक्योरिटी एंड रिकग्निशन, सुरक्षा से मानव
ਤਾਦੀ ਇੱਛਾ ਹਾਂਜੀ ਇਹ ਹੈ ਠੀਕ ਹੈ ਨੈਕਸਟ ਆ ਜਾਓ ਤੁਹਾਡਾ ਕਾਮਨ ਏਜ ਐਂਡ ਇਨਵਾਇਰਮੈਂਟ ਆਮ ਉਮਰ ਅਤੇ ਵਾਤਾਵਰਣ ਇਹ ਵੀ ਜਿਹੜਾ ਹੈਗਾ ਤੁਹਾਡਾ ਹੈਲਦੀ ਜੋ ਹੈਗੇ ਸੁਸਾਇਟੀ ਕ੍ਰੀਏਟ ਕਰਨ ਦੇ ਲਈ ਜ਼ਰੂਰੀ ਹੈ ਨੈਕਸਟ ਕਾਮਨ ਮੋਰਲ ਸਟੈਂਡਰਡਸ ਆਮ ਨੈਤਿਕ ਮਿਆਰ ਮਤਲਬ ਕਿ ਜਿਹੜੇ ਹੈਗੇ ਸਾਹਮਣੇ ਸਾਰਿਆਂ ਦੇ ਵਿੱਚ ਜਿਹੜੇ ਨੈਤਿਕਤਾ ਆਪਣੀ ਜਿਹੜੀ ਹੈਗੀ ਉਹ ਕਾਮਨ ਹੋਣ ਹੈ ਨਾ ਨੈਕਸਟ ਆ ਗਿਆ ਤੁਹਾਡਾ ਨਨ ਆਫ ਦੀ ਅਬਵ ਤਾਂ ਕਿਹੜਾ ਜਿਹੜਾ ਹੈਗਾ ਪ੍ਰਭਾਵਿਤ ਨਹੀਂ ਕਰਦਾ ਉੱਪਰਲੇ ਸਾਰੇ ਦੇ ਸਾਰੇ ਜਿਹੜੇ ਹੈਗੇ ਜੀ ਪ੍ਰਭਾਵਿਤ ਕਰਦੇ ਆ ਤਾਂ ਫਿਰ ਇਹਦੇ ਵਿੱਚ ਆਪਸ਼ਨ ਜਿਹੜਾ ਕੀ ਆਊਗਾ ਤੁਹਾਡਾ ਡੀ ਹੀ ਸਹੀ ਬਹਿ ਜੂਗਾ ਇਹਨਾਂ ਨੇ ਪੁੱਛਿਆ ਸੀ ਕਿਹੜਾ ਪ੍ਰਭਾਵਿਤ ਨਹੀਂ ਕਰਦਾ ਤਾਂ ਡੀ ਤੁਹਾਡਾ ਇਸਦਾ ਕੀ ਆ ਜੂਗਾ ਜੀ ਸਹੀ ਉੱਤਰ ਠੀਕ ਹੈ ਚਲ इससे बाद आ गया थोड़ा अ कॉमन मेजर फॉर असैसिंग अ ग्रुप स्ट्रक्चर इज एक समूह बनकर का मूलांकन करने लिए एक आम माप है तो केड़ा माप है जी सोशियोग्राम सोशियोड्रामा ग्रुप रेटिंग स्केल या फिर ऑब्जर्वेशन ऑफ द ग्रुप इन अ नैचुरल सैटिंग तो फिर केड़ा जड़ा हैगा थोड़ा जड़ा हैगा एक समूह बनकर का मूलांकन करने के लिए जड़ा हैगा गा थोड़ा ਆਪਾਂ ਕਹਿ ਦਈਏ ਵੀ ਇੱਕ ਕਾਮਨ ਮੇਜ਼ਰਮੈਂਟ ਹੈ ਜੀ ਤਾਂ ਕੀ ਇਹ ਚੀਜ਼ ਹੋ ਤੁਹਾਡੀ ਤਾਂ ਇਸਦਾ ਉੱਤਰ ਆ ਜੂ ਤੁਹਾਡਾ ਸੋਸ਼ੀਓਗ੍ਰਾਮ ਇਸਦਾ ਸਹੀ ਉੱਤਰ ਆਏਗਾ ਸੋਸ਼ੀਓਗ੍ਰਾਮ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਹਾਂ ਹੂ ਡਿਡ ਐਕਸਟੈਂਸਿਵ ਰਿਸਰਚ ਔਨ ਗਿਫਟਡ ਚਿਲਡਰਨ ਪ੍ਰਤਿਭਾਸ਼ਾਲੀ ਬੱਚਿਆਂ 'ਤੇ ਵਿਆਪਕ ਖੋਜ ਕਿਸ ਨੇ ਕੀਤੀ ਤਾਂ ਕਿਹਨਾਂ ਨੇ ਕੀਤੀ ਹੈ ਇਹ ਦੱਸਣਾ ਜੀ ਠੀਕ ਹੈ ਆਪਸ਼ਨ ਹੈ ਲੈਵਿਸ ਟਰਮਨ ਨੇ ਠੀਕ ਹੈ ਸੈਮੂਅਲ ਏ ਕਿਰਕ ਨੇ ਜਾਂ ਫਿਰ ਮੌਂਟੈਸਰੀ ਨੇ ਜਾਂ ਫਿਰ ਤੁਹਾਡਾ ਗੈਲਾਗਰ ਨੇ ਠੀਕ ਹੈ ਤਾਂ ਕਿਹਨਾਂ ਨੇ ਕੀਤੀ ਹੈ ਐਕਸਟੈਂਸਿਵ ਰਿਸਰਚ ਕਿਹਦੇ ਉੱਪਰ ਪ੍ਰਭਾਵਸ਼ਾਲੀ ਬੱਚਿਆਂ ਦੇ ਉੱਪਰ ਤਾਂ ਧਿਆਨ ਦੇ ਵਿੱਚ ਰੱਖਣਾ ਜੀ ਤਾਂ ਇਹਨਾਂ ਦਾ ਨਾਮ ਹੈਗਾ ਲੈਵਿਸ ਟਰਮਨ ਤਾਂ ਟਰਮਨ ਦੁਆਰਾ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਜਿਹੜੀ ਹੈਗੀ ਉਹ ਖੋਜ ਕੀਤੀ ਗਈ ਪ੍ਰਭਾਵਸ਼ਾਲੀ ਬੱਚਿਆਂ ਦੇ ਉੱਪਰ ਅਤੇ ਇਹਨਾਂ ਨੇ ਕਾਫੀ ਮਾਤਰਾ ਦੇ ਵਿੱਚ ਜੋ ਪ੍ਰਭਾਵਸ਼ਾਲੀ ਬੱਚੇ ਨੇ ਉਹ ਕਲੈਕਟ ਵੀ ਕੀਤੇ ਸੀਗੇ ਰਿਸਰਚ ਦੇ ਨਾਲ ਆਪਣੇ ਠੀਕ ਹੈ ਚਲੋ ਇਸ ਤੋਂ ਬਾਅਦ ਆ ਜੂਗਾ ਜੀ ਤੁਹਾਡਾ ਨੈਕਸਟ ਅਗਲਾ ਪ੍ਰਸ਼ਨ ਹੈਗਾ ਆਪਣਾ ਜੌਨ ਡੈਵਿਸ ਵਿਊ ਆਫ ਐਜੂਕੇਸ਼ਨ ਐਂਡ ਫੈਸਿਲ ਸਿੱਖਿਆ ਬਾਰੇ ਜੌਨ ਡੈਵੇ ਦਾ ਨਜ਼ਰੀਆ ਕਿਸ ਚੀਜ਼ ਉੱਪਰ ਜ਼ੋਰ ਦਿੰਦਾ ਹੈ ਨੌਲੇਜ ਇਜ਼ ਅ ਪਾਵਰ ਸ਼ਕਤੀ ਵਜੋਂ ਗਿਆਨ ਐਜੂਕੇਸ਼ਨ ਐਜ ਪ੍ਰਪਰੇਸ਼ਨ ਫੋਰ ਲਾਈਫ ਜੀਵਨ ਦੀ ਤਿਆਰੀ ਵਜੋਂ ਸਿੱਖਿਆ ਜਾਂ ਫਿਰ ਨੌਲੇਜ ਫੋਰ ਦਾ ਸੇਕ ਆਫ ਨੌਲੇਜ ਗਿਆਨ ਦੀ ਖਾਤਰ ਗਿਆਨ ਜਾਂ ਫਿਰ ਐਜੂਕੇਸ਼ਨ ਐਜ ਲਾਈਫ ਜੀਵਨ ਦੇ ਰੂਪ ਵਿੱਚ ਸਿੱਖਿਆ ਤਾਂ ਕਿਸ ਚੀਜ਼ ਦੇ ਉੱਪਰ ਜੁਆਇਨ ਡੈਵੇ ਹੈ ਜੋ ਜ਼ਿਆਦਾ ਜ਼ੋਰ ਦਿੱਤੇ ਦੇ ਰਹੇ ਨੇ ਆਪਣੇ ਉਹਨਾਂ ਦਾ ਨਜ਼ਰੀਆ ਕਿਸ ਤਰੀਕੇ ਦਾ ਐਜੂਕੇਸ਼ਨ ਨੂੰ ਲੈ ਕੇ ਤਾਂ ਇਸਦਾ ਉੱਤਰ ਆਏਗਾ ਤੁਹਾਡਾ ਆਪਸ਼ਨ ਨੰਬਰ ਡੀ ਐਜੂਕੇਸ਼ਨ ਐਜ ਅ ਲਾਈਫ ਠੀਕ ਹੈ ਜੀਵਨ ਦੇ ਰੂਪ ਵਿੱਚ ਸਿੱਖਿਆ ਇਸਦਾ ਬਿਲਕੁਲ ਸਹੀ ਉੱਤਰ ਹੈ ਜੀ ਤੁਹਾਡਾ ਆਪਸ਼ਨ ਨੰਬਰ ਡੀ ਆ ਜਾਏਗਾ ਇਸਦਾ ਕਰੈਕਟ ਆਨਸਰ ਨੈਕਸਟ ਆ ਗਿਆ ਅਕੋਰਡਿੰਗ ਟੂ ਹਾਰਵਰਡ ਗਾਰਡਨਰਸ ਥਿਅਰੀ ਆਫ ਮਲਟੀਪਲ ਇੰਟੈਲੀਜੈਂਸ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ ਤਾਂ ਕਿਹੜੀ ਜਿਹੜੀ ਟ੍ਰੀਟਮੈਂਟ ਹੈ ਉਹ ਟਰੂ ਹੈ ਕਿਹਨਾਂ ਦੇ ਦੁਆਰਾ ਜੋ ਹਾਰਵਰਡ ਗਾਰਡਨਰ ਦੀ ਜੋ ਮਲਟੀ ਇੰਟੈਲੀਜੈਂਸ ਥਿਅਰੀ ਦਿੱਤੀ ਗਈ ਆ ਉਹਨਾਂ ਦੇ ਆਧਾਰ ਦੇ ਉੱਪਰ ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ ਤਾਂ ਪੁੱਛਿਆ ਗਿਆ ਕਿਹੜੀ ਉਹਨਾਂ 'ਚੋਂ ਸਹੀ ਹੈ ਠੀਕ ਹੈ ਪਹਿਲੀ ਤੁਹਾਨੂੰ ਕਹਿ ਰਹੀ ਹੈ ਇੰਟੈਲੀਜੈਂਸ ਇਜ਼ ਨੋਟ ਅ ਸਿੰਗਲ ਆਈਡੈਂਟੀ ਠੀਕ ਹੈ ਜਿਹੜੀ ਇੰਟੈਲੀਜੈਂਸ ਆ ਉਹ ਸਿੰਗਲ ਇੱਕ ਆਪਾਂ ਕਹਿ ਦਈਏ ਵੀ ਇੱਕ ਇਕਾਈ ਨਹੀਂ ਹੈ ਤਾਂ ਉਹਨਾਂ ਦੀ ਥਿਅਰੀ ਦਾ ਨਾਮ ਹੀ ਮਲਟੀ ਇੰਟੈਲੀਜੈਂਸ ਆ ਮਤਲਬ ਕਿ ਬੁੱਧੀ ਕਾਫੀ ਪ੍ਰਕਾਰ ਦੀ ਹੈ ਨਾ ਤਾਂ ਫਿਰ ਇਹ ਸਿੰਗਲ ਆਈਡੈਂਟੀ ਨਹੀਂ ਹੈ ਹਾਂਜੀ ਇਸ ਚੀਜ਼ ਨੂੰ ਕਹਿ ਰਹੇ ਨੇ ਇੰਟੈਲੀਜੈਂਸ ਆਰ ਇੰਟਰਡਿਪੈਂਡੈਂਟ ਹਾਂਜੀ ਇੰਟੈਲੀਜੈਂਸ ਦੇ ਜਿੰਨੇ ਵੀ ਤੁਹਾਡੇ ਨੇਗੇ ਪੱਖ ਨੇ ਉਹ ਸਾਰੇ ਜਿਹੜੇ ਕਿ ਨੇ ਇੱਕ ਦੂਜੇ ਦੇ ਉੱਪਰ ਨਿਰਭਰ ਕਰਦੇ ਨੇ ਠੀਕ ਹੈ ਹਾਂਜੀ ਹੈ ਨੈਕਸਟ ਆ ਗਿਆ ਤੁਹਾਡਾ ਡਿਫਰੈਂਟ ਟਾਈਪ ਆਫ ਇੰਟੈਲੀਜੈਂਸਿਸ ਇੰਟਰੈਕਟ ਐਂਡ ਵਰਕ ਟੂਗੈਦਰ ਅਲੱਗ ਅਲੱਗ ਪ੍ਰਕਾਰ ਦੀਆਂ ਜੋ ਬੁੱਧੀਆਂ ਨੇ ਜੀ ਉਹ ਇਕੱਠੀਆਂ ਹੁੰਦੀਆਂ ਨੇਗੀਆਂ ਇੰਟਰੈਕਟ ਕਰਦੀਆਂ ਨੇ ਅਤੇ ਕੰਮ ਕਰਦੀਆਂ ਨੇਗੀਆਂ ਠੀਕ ਹੈ ਮਿਲ ਕੇ ਕੰਮ ਕਰਦੀਆਂ ਨੇ ਨੈਕਸਟ ਆ ਗਿਆ ਤੁਹਾਡਾ ਆਲ ਆਫ ਅਵਬ ਕਿ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਹੈਗੇ ਸਾਰੇ ਸਟੇਟਮੈਂਟਸ ਹੀ ਟਰੂ ਨੇ ਤਾਂ ਇਸਦਾ ਸਹੀ ਉੱਤਰ ਕੀ ਆ ਜੂਗਾ ਹਾਰਵਰਡ ਗਾਰਡਨਰ ਦੀ ਥਿਅਰੀ ਨੂੰ ਜਿਹੜੀ ਹੈਗੀ ਸਾਰੀ ਦੀਆਂ ਸਾਰੀਆਂ ਗੱਲਾਂ ਉਹਦੇ ਵਿੱਚ ਕਹੀਆਂ ਗਈਆਂ ਨੇ ਤਾਂ ਇਹ ਸਾਰੀਆਂ ਸਟੇਟਮੈਂਟਸ ਹੀ ਕੀ ਨੇਗੀਆਂ ਸਹੀ ਨੇ ਜੀ ਠੀਕ ਹੈ ਤਾਂ ਆਪਸ਼ਨ ਨੰਬਰ ਡੀ ਆ ਜੂਗਾ ਤੁਹਾਡਾ ਇਸਦਾ ਬਿਲਕੁਲ ਸਹੀ ਉੱਤਰ ਨੈਕਸਟ ਆ ਗਿਆ ਤੁਹਾਡਾ ਵੈਨ ਵਾਜ਼ ਅ ਨੈਸ਼ਨਲ ਪਾਲਿਸੀ ਔਨ ਪਰਸਨਲਸ ਵਿਦ ਪਰਸਨਸ ਵਿਦ ਡਿਸੇਬਿਲਿਟੀ ਇਨੈਕਟਡ ਇਨ ਇੰਡੀਆ ਭਾਰਤ ਵਿੱਚ ਅਪਾਹਜ ਵਿਅਕਤੀਆਂ ਬਾਰੇ ਰਾਸ਼ਟਰੀ ਨੀਤੀ ਕਦੋਂ ਲਾਗੂ ਕੀਤੀ ਗਈ ਤਾਂ ਭਾਰਤ ਵਿੱਚ ਪੁੱਛਿਆ ਗਿਆ ਜੀ ਇੰਡੀਆ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੀ ਨੈਸ਼ਨਲ ਪਾਲਿਸੀ ਔਨ ਪਰਸਨਸ ਵਿਦ ਡਿਸੇਬਿਲਿਟੀ ਹੈ ਕਦੋਂ ਲਾਗੂ ਕੀਤੀ ਗਈ ਤਾਂ ਡੇਟ ਯਾਦ ਰੱਖਣੀ ਹੈ ਤੁਸੀਂ ਈਅਰ ਯਾਦ ਰੱਖਣਾ ਜੀ ਸਾਲ 2006 ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੀ ਇਹ ਵਾਲੀ ਜਿਹੜੀ ਹੈਗੀ ਹੈ ਜੀ ਇਸ ਨੂੰ ਜਿਹੜਾ ਹੈਗਾ ਨਿਯਮ ਨੂੰ ਜਿਹੜਾ ਕਿ ਲਾਗੂ ਕੀਤਾ ਗਿਆ ਠੀਕ ਹੈ ਤਾਂ ਆ ਗਿਆ ਤੁਹਾਡਾ ਇਸਦਾ ਉੱਤਰ 2006 ਆਪਸ਼ਨ ਨੰਬਰ ਸੀ ਚਲੋ ਜੀ ਤਾਂ ਇਹ ਹੋ ਚੁੱਕੇ ਨੇ ਆਪਣੇ
कुछ होर एम सी क्यूज़ नैक्सट सीरीज़ के आप होर अगे नैक्सट एम सी क्यूज़ में देखांगे जी। ठीक है, तो फिर आज दे लई इन्ना ही, धन्यवाद। हाँ जी, क्लास कवर हुई थोड़ी, होप सो ये क्लासेज है जो पी एस एड प्रिपरेशन काफ़ी ज़्यादा फायदा कर रही होनगियाँ। इस तो इलावा पी एस एड की प्रिपरेशन एक वड्डा पुश देने दे लई असीं तुहाडे लई 30,000 प्लस एम सी क्यूज़ की टैस सीरीज़ लैके आए हैं। तो ये टैस सीरीज़ तुहानू सिर्फ 299 के मिनीमम प्राइस तो तुसीं इहनू बाय कर सकते हो, उतों इसकी स्टार्टिंग है। तो इसनों तुहानू कोई 6 महीने के लिए जां साल के लिए लेना कंपलसरी नहीं है, तुहाडी चॉइस है। तो अगर तुसीं मंथली बाय करना चाहते हो 3 महीने लिए, 6 महीने लिए जां 12 महीने लिए, वो तुहाडी चॉइस रहेगी। 30,000 प्लस एम सी क्यू असी वखो वखरे स्रोतों तो ये कंबाइन किया, तो टैस सीरीज इन्नी क ज़्यादा असी बैटर बनाई है कि अगर तुम प्रिपरेशन कर भी नहीं पा रहे, जो तुम्हारी प्रिपरेशन वीक चल रही है, तुम टैस सीरीज़ में बार बार रिपीट कर लेने हो तो पी एस स्टेटा काफ़ी हद तक वो क्लीयर होने के चांसिस बने रहेंगे। ये टैस सीरीज़ तुम्हें मिलेगी जी डी डी अकैडमी भीखी ऐप के उपर, तो यह ऐप तो प्ले स्टोर एंड ऐप स्टोर दोनों के उपर अवेलेबल मिलेगी।